ਸਰ ਮੈਂ ਮਾਰਾ ਸਰ ਖਾਣਾ ਖਾ ਰਹਾ ਸਰ ਤਬ ਮਾਰਨਾ ਨਹੀਂ ਸਲਾਹ ਦਾ ਇੱਕ ਮਿੰਟ ਐਸੇ ਰੱਖ ਇੱਕ ਮਿੰਟ ਤਾਂ ਮਰ ਇਹ ਦੇਖੇ ਸਰ ਯਹਾਂ ਪੇ ਮੱਥਾ ਪਰ ਦੇਖੇ ਆਜ ਜੋ ਡੰਡੋ ਸੇ ਮਾਰਾ ਕਿਸਨੇ ਮਾਰਾ ਡੰਡੋ ਲਗਾ ਮਾਰਾ ਸਰ ਯਹਾਂ ਕਰੀਬ 7 ਵਜੇ ਸ਼ਾਮ ਮੇ ਮਾਰਾ ਆਣ ਕੇ ਗਲੀ ਮੇ ਕੋਈ ਬਰਤਨ ਧੋਨੇ ਜਾਤਾ ਉਸਕੋ ਮਾਰ ਦੇਤਾ ਹੈ ਉਸ ਲੈ ਕੇ ਮਾਰ ਦਿੱਤਾ ਸਰ ਇਹ ਕੋਈ ਤਰੀਕਾ ਹੋਤਾ ਇਨਸਾਨ ਕੋ ਮਰਨੇ ਕਾ ਕੌਣ ਲੋਗਾ ਮਾਰਤੇ ਇਹ ਕਿੱਤਾ ਸਾਦ ਵਾਲਾ ਘੁਰਤਾ ਚਾਰ ਪੰਜ ਗਰੀ ਲੈ ਕੇ ਉਹ ਗਰੀ ਮੇ ਦੋ ਆਦਮੀ ਰਹਿਤਾ ਹੈ 10 ਲੜਕਾ ਕਾ ਲਾਦਾ ਚਾਰੋ ਤਰਫ ਗਰੀ ਘੁਰਾ ਕੇ ਸਰ ਰਖ ਲੇਤਾ ਤੁਮ ਕਿਆ ਲੈਣੇ ਥੇ ਬਾਹਰ ਖਾਣਾ ਲਾਣੇ ਲੈ ਜਾ ਰਹੇ ਥੇ ਸਰ ਲੰਗਰ ਵਾਲਾ ਖਾਣਾ ਲੰਗਰ ਬਸਤਾ ਹੈ ਸਰ ਉਹ ਖਾਏਗੇ ਨਾ ਤੋ ਮਰ ਜਾਏ ਹਮ ਤਾਂ ਮਰਨਾ ਹੈ ਸਿੱਧਾ ਗੋਲੀ ਮਾਰ ਦੋ ਮਰ ਜਾਏਗਾ ਉਧਰ ਗਾਤੇ ਹੈ ਤਾਂ ਵਹਾਂ ਪੇ ਪਰ ਕਾ ਮਰਤਾ ਹੈ ਇਧਰ ਜਾਤੇ ਥੇ ਯਹਾਂ ਪਰ ਕਾ ਮਰਤਾ ਹੈ ਇੱਥੇ ਹਮ ਜਾਤੇ ਪੈਸਾ ਨਿਕਲਨੇ ਕੇ ਲੀਏ ਤਬ ਮਰਤਾ ਸਰ ਇਹ ਕੌਣ ਤਰੀਕਾ ਹੋਤਾ ਹਮਕੋ ਬਤਾਈਏ ਕਿਆ ਕਹਿਣਾ ਚਾਹਤੇ ਸਰਕਾਰ ਕੋ ਜੈਸੇ ਸਰਕਾਰ ਕੋ ਕਹਿਣਾ ਚਾਹਤੇ ਹਮ ਲੋਗ ਤਾਂ ਗਰੀਬ ਹੈ ਸਰ ਹਮ ਲੋਗ ਗਾਉਂ ਚਲਾ ਜਾਏਗੇ ਕੀ ਬਾਤ ਹੋਗਾ ਰੋਡ ਦੇ ਉੱਪਰ ਯਹਾਂ ਪੇ ਕਾਰਨ ਥਾ ਕਿ ਜੈਸੇ ਹਮ ਲੋਗ ਕੋ ਕੋਈ ਸਮਾਨ ਕਾ ਜ਼ਰੂਰਤ ਪਤਾ ਹੈ ਨਾ ਹਮ ਲੋਗ ਬਾਹਰ ਨਿਕਲਦੇ ਹੈ ਇੱਕ ਬੰਦੇ ਜਾਣੇ ਕੇ ਲੀਏ ਤੋ ਘੇਰ ਕੇ ਚਿੱਟੇ ਸੜ ਵਾਲੇ ਹਮ ਲੋਗ ਕੋ ਮਾਰਤਾ ਪਿੱਟਤਾ ਉਠਕ ਬੈਠਕ ਕਰਵਾਤਾ ਹੈ ਠੀਕ ਹੈ ਸਰ ਤੋ ਹਮ ਲੋਗ ਕੈਸੇ ਬਾਹਰ ਨਿਕਲੇਂਗੇ ਰੋਟੀ ਕੀ ਖਾਤਰ ਮਰ ਜਾਏਗੇ ਹਮ ਲੋਗ ਭੁੱਖੇ ਯਹਾਂ ਪੇ ਤੋ ਚਿੱਟੇ ਸਰਟ ਵਾਲੇ 3-4 ਬੰਦੇ ਆਤਾ ਇਕੱਠੇ ਹੀ ਮਾਰਨੇ ਕੇ ਲੀਏ ਉਨਕੇ ਸਾਥ ਪੁਲਿਸ ਵਾਲੇ ਹੋਤੇ ਹੈ ਨਹੀਂ ਸਰ ਪੁਲਿਸ ਵਾਲੇ ਨਹੀਂ ਹੋਤਾ ਯੇ ਪ੍ਰਾਈਵੇਟ ਆਦਮੀ ਹੈ ਹਾਂ ਪ੍ਰਾਈਵੇਟ ਆਦਮੀ ਹੈ ਸਰ ਤੋ ਤੁਮ ਕਹਾਂ ਜਾ ਰਹੇ ਥੇ ਮਾਰਾ ਸਰ ਹਮ ਰੋਟੀ ਲਾਣੇ ਜਾ ਰਹੇ ਥੇ ਹਾਂ ਤੋ ਉਹਨਾਂ ਨੇ ਆਪਕੋ ਪੀਟਾ ਡੰਡੋ ਸੇ ਹਾਂ ਸਾਰੇ ਚਾਰੋ ਤਰਫ ਸੇ ਘੇਰ ਕੇ ਉਸਕੇ ਬਾਅਦ ਮਾਰਤਾ ਪੀਟਤਾ ਉਹ ਉਠਕ ਬੈਠਕ ਕਰਵਾਤਾ ਤੋ ਅਭੀ ਪੁਲਿਸ ਆਈ ਥੀ ਹਮਨੇ ਪੁਲਿਸ ਕੋ ਕਿਉਂ ਨਹੀਂ ਬਤਾਇਆ ਉਸਕੋ ਬਤਾਇਆ ਸਰ ਉਹ ਬੋਲਾ ਥਾਣਾ ਆ ਕੇ ਫਿਰ ਰਿਪੋਰਟ ਲਿਖਾਣਾ ਉਸਕੇ ਬਾਅਦ ਕੁਝ ਹਲ ਕਰੇਂਗੇ ਸਰ ਐਸਾ ਕਰੇਗਾ ਤਾਂ ਹਮ ਲੋਗ ਕੈਸੇ ਜੀ ਪਾਏਂਗੇ ਯਹਾਂ ਜਬ ਮਰੇ ਤੁਮ ਕਹਾਂ ਜਾ ਰਹੇ ਥੇ ਤਬ ਹਮ ਲੋਗ ਰੋਟੀ ਲਾਣੇ ਜਾ ਰਹੇ ਥੇ ਅਭੀ ਤੁਮ ਕਿਆ ਅਪੀਲ ਕਰਨਾ ਚਾਹਤੇ ਹੋ ਸਰ ਹਮ ਸਰਕਾਰ ਸੇ ਯਹੀ ਅਪੀਲ ਕਰਨਾ ਚਾਹਤੇ ਹੈ ਕਿ ਹਮ ਲੋਗ ਕੋ ਕੋਈ ਐਸਾ ਸੁਵਿਧਾ ਦੇ ਦੇ ਕਿ ਹਮ ਲੋਗ ਗਾਉਂ ਚਲਾ ਜਾਏ ਯਹਾਂ ਪੇ ਰਹੇਂਗੇ ਤੋ ਮਰ ਜਾਏਂਗੇ ਯਹਾਂ ਪੇ ਰਹੇਂਗੇ ਤੋ ਮਰ ਜਾਏਂਗੇ ਬਾਹਰ ਨਿਕਲਤੇ ਹੈ ਆ ਕੇ ਮਾਰਤਾ ਪਿੱਟਤਾ ਹਮ ਲੋਗ ਕਹਾਂ ਜਾਏਂਗੇ ਏਟੀਐਮ ਜਾਤੇ ਹੈ ਪੈਸੇ ਨਿਕਲਨੇ ਕੇ ਲੀਏ ਉਸਮੇ ਵੀ ਮਾਰਤਾ ਹੈ ਚਾਰ ਬੰਦੇ ਘੇਰ ਲੇਤਾ ਹੈ ਪੈਸੇ ਉਸੇ ਛਿਨ ਲੇਤਾ ਹੈ ਮੋਬਾਈਲ ਦਵਾ ਛਿਨ ਲੇਤਾ ਹੈ ਠੀਕ ਹੈ ਸਰ ਐਸਾ ਥੋੜੀ ਨਾ ਹੋਤਾ ਜਬ ਹਮ ਲੋਗ ਕੋ ਯਹਾਂ ਪੇ ਰੋਕ ਕੇ ਰੱਖੇ ਹੁਆ ਤੋ ਕੋਈ ਸੁਵਿਧਾ ਦੇਗਾ ਏਟੀਐਮ ਸਹੀ ਹੈ ਸਰ ਤੋ ਉਸਕੇ ਸਾਥ ਮੇਂ ਪੁਲਿਸ ਵਾਲਾ ਕੋਈ ਨਹੀਂ ਥਾ 6-7 ਲੜਕਾ ਖੜਾ ਥਾ उन्होंने गाड़ी को रोक करके हम लोगों को मारा भी पीटा भी और जब भी यहाँ पे सामान लेने के लिए बाहर आते हैं वो मारता बहुत है पुलिस वाला नहीं मारता उनके साथ में जो लड़का होता है वो मारता है जो सामान पंजाबियों के लिए 40 रुपए किलो दूध दिया जाता है हम लोगों के लिए 80 रुपए किलो दूध दिया जाता है हम लोग बोलिए सर कैसे रहेंगे यहाँ पे जो चावल 20 रुपए किलो है वो 40 रुपए किलो दिया जाता है हम लोग क्या खाएंगे तो उसकी आपने कम्प्लेंट नहीं की कम्प्लेंट करता हूँ सर कोई सुनवाई नहीं है कोई सुनवाई नहीं है कोई राहत नहीं मिलता काकोवाल रोड में तो अभी पुलिस आई थी आपने कंप्लेंट लिखाना था उनकी पुलिस वाले को मैंने दर्ज किया अपना गुनाह पुलिस वाले ने बोला कि ठीक है जाओ सुबह आऊंगा देखने के लिए पर लेकिन नहीं आएगा वो भी तो इसके आप काउंसलर को मिले काउंसलर काउंसलर के घर पे गए सर 2 दिन पहले गए उन्होंने बोला कि मैं सुबह आऊंगा आपके पास 11 बजे अभी तक नहीं आया हूँ तो अभी क्या जैसे अभी आपको दिक्कत आ रही है खाने की क्या कहना चाहते हैं सरकार को हमारा एक ही रिक्वेस्ट है सर सरकार से कि हम लोगों को यहाँ से कोई ना कोई रास्ता निकाल के हमको अपने अपने ठिकाने घर पहुँचा दे बस कोई राशन नहीं चाहिए उसका कोई किराया नहीं चाहिए उसका हम लोग अपना अपना पैसा पता लगा के घर चले जाएंगे यहाँ मरेंगे नहीं भूखा यहाँ मरेंगे नहीं भूखा ओके ਮਤਲਬ ਇਹੀ ਸੀ ਇਹਨਾਂ ਨੂੰ ਆਉਣ ਜਾਣ ਦੀ ਥੋੜੀ ਜਿਹੀ ਪ੍ਰੋਬਲਮ ਸੀ ਇਹ ਦੱਸ ਰਹੇ ਆ ਸਾਨੂੰ ਤੇ ਅਦਰਵਾਈਜ਼ ਤਾਂ ਇਹੀ ਹੈ ਕਿ ਸਾਨੂੰ ਕਿ ਜਿਹੜੇ ਪਬਲਿਕ ਇਕੱਠੀ ਹੋ ਜਾਂਦੀ ਹੈ ਤੁਰਦੇ ਫਿਰਦੇ ਆ ਕਿ ਇਸ ਕਰਕੇ ਥੋੜਾ ਕਰੋਨਾ ਕਰਕੇ ਹੀ ਹੋ ਰਿਹਾ ਇਹਨਾਂ ਨੂੰ ਕਿ ਜਿੱਥੇ ਇਕੱਠ ਹੁੰਦਾ ਤੇ ਅਦਰਵਾਈਜ਼ ਤਾਂ ਹੋਰ ਕੋਈ ਤਾਂ ਕੋਈ ਮੈਟਰ ਹੈ ਹੀ ਨਹੀਂ ਸੀ ਇਹਨਾਂ ਕਿਸੇ ਪ੍ਰਵਾਸੀ ਨੇ ਦੱਸਿਆ ਕਿ ਸਿਵਲ ਡਿਫੈਂਸ ਦੇ ਕੁਝ ਬੰਦਿਆਂ ਨੇ ਇੱਕ ਬੰਦੇ ਦੇ ਹੱਥ ਫ੍ਰੈਕਚਰ ਕੀਤਾ ਉਹ ਆਟੇ ਦੀ ਥੈਲੀ ਲੈ ਕੇ ਇਹਦੇ ਬਾਰੇ ਕੀ ਮਤਲਬ ਕੋਈ ਜਾਣਕਾਰੀ ਮਿਲੀ ਜੀ
ਦੇਖੋ ਫਿਲਹਾਲ ਇਹ ਮੇਰੇ ਏਰੀਆ 'ਚ ਤਾਂ ਪੈਂਦਾ ਨਹੀਂ ਹੈਗਾ, ਸਿੱਧੀ ਗੱਲ ਦੱਸਾਂ ਮੈਂ ਸਲੇਮ ਟਾਵਰੀ ਤੋਂ ਬਿਲੋਂਗ ਕਰਦੀ ਹਾਂ, ਠੀਕ ਹੈ ਨਾ, ਅਤੇ ਮੈਨੂੰ ਇਸ ਬਾਰੇ ਹਜੇ ਥੋੜ੍ਹਾ ਜਿਹਾ ਕੋਈ ਉਹ ਹੈ ਨਹੀਂ ਗੀ, ਅਤੇ ਬਟ ਇਹ ਹੈ ਕਿ ਅਸੀਂ ਮਤਲਬ ਪੂਰਾ ਕਰ ਰਹੇ ਹਾਂ ਕਿ ਜੋ ਵੀ ਇਹ ਕਾਰਵਾਈ ਕਰਾਂਗੇ ਉਹਨਾਂ 'ਤੇ ਜਿਹੜਾ ਮਤਲਬ ਉਹ ਚੀਜ਼ ਹੋਈ ਹੈ ਮੈਟਰ, ਠੀਕ ਹੈ, ਜਿਹੜੇ ਜਿਸ ਚੀਜ਼ ਦਾ ਮੈਟਰ ਹੋਇਆ ਹੈ ਕਿ ਅਸੀਂ ਆਪਣੀ ਕਾਰਵਾਈ ਕਰਾਂਗੇ। ਮੈਨੂੰ ਬੰਦਾ ਨਜ਼ਰ ਆਇਆ ਜੀ ਜਿਹਦੇ ਮਤਲਬ ਸੱਟ ਮਾਰੀ, ਕੋਈ ਆਇਆ ਸਾਹਮਣੇ ਬੰਦਾ ਜਿਹਦੇ ਸੱਟ ਲੱਗੀ ਹੈ, ਕੋਈ ਪ੍ਰਵਾਸੀ ਉਹ ਸਾਹਮਣੇ ਆਇਆ ਕਿ ਨਹੀਂ ਆਇਆ ਜੀ? ਨਹੀਂ ਫਿਲਹਾਲ ਦੇਖੋ ਮੈਨੂੰ ਇਸ ਦੀ ਨੌਲੇਜ ਨਹੀਂ ਹੈਗੀ, ਮੈਂ ਤੁਹਾਨੂੰ